पर बहुत टाइम बाद वापसी कर रहे हैं। 23 डेज तो लोग एक भी नहीं पाया। जिन्ना हो सके लाइक कमेंट शेयर करना। मेनू तो पता ही नहीं है। मम्मी ने मेरे तो यह सब मंगाए। मम्मा देखो जी कुड़कुनी कुड़कुनी अपने कपड़े काट लिया। ए मेरा कच्छा, ए मेरी टी शर्ट, ए मेरा टॉवल, ते पिछे भी है मेरा पजामा। सो नोटिस किया होना मोस्टली तुहाडा लोड़ अंचू पजामा टी शर्ट ही बंद, बिकॉज मेनू जीन्स वगैरह पानी पसंद नहीं। मैं बहुत ज्यादा रेयर जीन पाना, बहुत ज्यादा, बिकॉज मैं लोड़ हाँ। कोई गल ही बनी है कि बाहर दिखा दा सारे कपड़े मेरे तो काले पे आ। मैं कोई कहे ना कि काला कपड़ा कट ऐदा कटांगा ऐदा। सो पता नहीं मेनू कमेंट सेक्शन च दस्सियो। पहला मैं हुण चुटकी मारा ते कपड़े चेंज कर। 1 2 चेक करो मित्रों, चेक करो ताड़ा भी तैयार हो गया, एकदम आ चुका है। क्या फ्रेश फ्रेश फील कर रहा है। सुबह के कपड़े चेंज कर लिए है, तो हूं अब चलिए छोटे घर लड्डू जी ने उठाइए। गाइस मैंने ऐसा कोई हाल दसो यार, कोई हाल दसो, बहुत बड़े लगते यार। सो छो चलो पहले छोटे घर चलिए लड्डू जी ने उठा के आइए। सो गाइस मैं फाइनली छोटे घर आ चुका। तुम देख सकते हो मैं आलीशान बंगलो, तुम देख सकते हो यार घर भावे छोटा हो घर घर होंगे यार। कितनी बार मैं कितनी दुनिया समझा दिता घर छोटा हो वड्डा हो घर घर होंगे यार, डजन मैटर। ठीक है, सो अज की प्लानिंग की है, अज की प्लानिंग की है कि मैं अज तो कर रहा कंटिन्यू व्लॉग। ठीक है, बिकॉज यार बहुत दुनिया ना मेनू बे इंतहा मैसेज कर रही है। मेनू ना दिन का घट्टो घट 5 तो 7 लाख मैसेज आने की अंशु भाई लोड अंशु कितने हो है ना। तो मैं गया ही हिमाचल, हिमाचल मेरी ट्रेनिंग से ब्लॉगिंग की, वो ट्रेनिंग मैं पूरी की है। ठीक है, मैं बस कंटिन्यू करांगा वो चीजें सीख के आया। सो गेट रेडी, नवी नवी चीजें तुम देखने मिलूगी। ओह मैं लड्डू जी उठा था फिर तुम्हें मिलता। सो भी मेरे मित्र हो लड्डू जी नाश्ता करा के, लड्डू जी नहा धो आ के, उन्होंने आराम गद्दी से बिठा के मैं आ चुका हूँ वे घर वाल।
ਤੇ ਵੱਡੇ ਘਰ ਹੁਣ ਚਲੀ ਆ, ਨਾਸ਼ਤਾ ਵੀ ਨੀ ਕੀਤਾ ਤੇ ਸਵੇਰ ਦੀ ਭੁੱਖ ਲੱਗਦੀ ਪਈ ਆ, ਕਿਉਂਕਿ ਸਵੇਰ ਦੇ ਮੈਂ ਕਾਫੀ ਦੇਰ ਦਾ ਉੱਥੇ ਬੈਠੇ ਤੇ 2:30 ਘੰਟੇ ਹੋ ਗਏ ਮੈਨੂੰ, 11 ਵਜੇ ਲੱਗੇ ਆ ਤੇ ਮੁਕੇਸ਼ ਭਾਈ ਹੁਣ ਤੱਕ ਆ ਗਏ ਹੋਣੇ ਆ। ਬਾਕੀ ਹੁਣ ਤੋਂ ਤੁਹਾਡਾ ਕੰਮ ਇੱਕ ਹੀ ਹੋਣਾ, ਲਾਈਕ ਕਮੈਂਟ ਸ਼ੇਅਰ ਕਰਨਾ, ਜਿੰਨਾ ਹੋ ਸਕੇ ਲਾਈਕ ਕਮੈਂਟ ਸ਼ੇਅਰ ਕਰਨਾ। ਸੋ ਗੈਟ ਰੈਡੀ ਗਾਇਸ, ਤੁਹਾਨੂੰ ਸਾਰਿਆਂ ਨੂੰ ਖੁਸ਼ ਕਰਨ ਲਈ ਤੁਹਾਡਾ ਲੋਡਨ ਸ਼ੋ ਆ ਚੁੱਕਿਆ। ਸੋ ਆਈ ਲਵ ਯੂ ਐਵਰੀਵਨ ਤੇ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਯਾਰ। ਸੋ ਗਾਇਸ, ਮੈਂ ਘਰੇ ਗਿਆ, ਘਰੇ ਜਾਣ ਤੋਂ ਬਾਅਦ ਮੰਮੀ ਕਹਿੰਦੀ ਜੀ ਤੁਹਾਡੇ ਅੰਡਰਵੇਅਰ ਤੇ ਪਲੈਨ ਹੋ ਚੁੱਕਿਆ ਖਰਾਬ, ਜਾ ਕੇ ਨਵੇਂ ਲੈ ਕੇ ਮੈਂ ਉਹ ਦੇਖ ਸਕਦੇ ਹੋ ਤੁਸੀਂ, ਲਿਫਾਫੇ ਸਾਰੇ ਅੰਡਰਵੇਅਰ ਬਣਾਇਆ ਲੈ ਕੇ ਆਇਆ। ਸੋ ਮਤਲਬ ਜਿੱਦਾਂ ਮੈਂ ਘਰੇ ਪੁੱਜੇ ਨਾਲ ਹੀ ਮੈਨੂੰ ਫਿਰ ਕੰਮ ਭੇਜਦਾ, ਮਤਲਬ ਮੇਰੇ ਘਰ ਦੇ ਮੈਨੂੰ ਜੀ ਨਹੀਂ ਦਿੰਦੇ, ਸਾਹ ਤੇ ਆਪਣਾ ਲੈਣ ਹੀ ਦੇਣਾ, ਮੈਨੂੰ ਸਾਹ ਨਾਮ ਦੀ ਕੀ ਚੀਜ਼ ਹੁੰਦੀ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ। ਸੋ ਹੁਣ ਮੈਂ ਘਰ ਚੱਲਿਆ, ਮੁਕੇਸ਼ ਭਾਈ ਵੀ ਆ ਗਏ, ਮੁਕੇਸ਼ ਭਾਈ ਕਿਤੇ ਕੰਮ ਗਏ ਸੀ ਅਤੇ ਉਹ ਵੀ ਆ ਚੁੱਕੇ ਆ, ਅਤੇ ਮੇਰੇ ਲਈ ਘਰੇ ਪਰਾਂਠੇ ਬਣਦੇ ਪਏ ਆ। ਸੋ ਹੁਣ ਮੈਂ ਜਾਵਾਂ ਘਰੇ, ਗਰਮਾ ਗਰਮ ਗੋਭੀ ਦੇ ਪਰਾਂਠੇ ਖਾਵਾਂ। ਸੋ ਬਾਕੀ ਮੈਂ ਤੁਹਾਨੂੰ ਘਰੇ ਆ ਦਿਖਾਉਂਦਾ ਕਿ ਮੈਂ ਕੀ ਬਾਏ ਕੀਤਾ ਤੇ ਤੁਹਾਨੂੰ ਮੈਂ ਕੱਚੇ ਦਿਖਾਉਂਦਾ। ਬਸ ਫਾਈਨਲੀ ਆਪਾਂ ਘਰ ਆ ਚੁੱਕੇ ਆ ਤੇ ਮੰਮੀ ਨੇ ਮੇਰੇ ਤੋਂ ਇਹ ਸਭ ਮੰਗਾਏ। ਮੰਮਾ ਇਹ ਦੇਖੋ ਜੀ, ਚੱਕੋ, ਠੀਕ ਹੈ। ਉਸ ਤੋਂ ਬਾਅਦ ਇਹ ਚੱਕੋ, 6 ਪੀਸ, ਠੀਕ ਹੈ। ਅੰਡਰਵੇਅਰ, ਅੰਡਰਵੇਅਰ ਤੇ ਅੰਡਰਵੇਅਰ ਮੈਂ ਕਰ ਰਿਹਾ ਜੋਕੀ ਦੀ ਪ੍ਰੋਪਰ ਪ੍ਰਮੋਸ਼ਨ, ਠੀਕ ਹੈ। ਹੈਲੋ, ਤੁਹਾਡੇ ਰਬੜ ਬੈਂਡ ਸਾਰੇ, ਇਹ ਮੈਂ ਮੰਮੀ ਲਈ ਰਬੜ ਬੈਂਡ ਵੀ ਲੈ ਕੇ ਆਇਆ। ਹੈਲੋ ਹੈਲੋ, ਤੇ ਕਿੱਥੇ ਗਏ? ਇਹੀ ਆ ਬਸ। ਹੈਲੋ, ਹੋਰ ਹੈਗਾ? ਹੈਲੋ, ਇਹ ਸਾਰੇ ਰਬੜ ਬੈਂਡ ਹੈ, ਠੀਕ ਹੈ। ਹੁਣ ਸਾਂਭ ਲਓ। ਤੇ ਮੰਮਾ ਇਹ ਸੋਕਸ ਲੈ ਕੇ ਆਇਆ ਮੈਂ ਸਾਰੀਆਂ, ਮੇਰੀ ਰੋਟੀ ਆ ਚੁੱਕੀ ਹੈ ਜੋ ਕਿ ਹੈਗੀ ਅੱਜ ਗੋਭੀ ਦੇ ਪਰਾਂਠੇ, ਸੋ ਤੇ ਮੈਂ ਕੋਈ ਮੱਖਣ ਕਰਿਆ ਪਾਇਆ ਕਿਉਂਕਿ ਅੱਜ ਮੈਂ ਖਾਣੀ ਕੁੜੁਕਣੀ ਰੋਟੀ, ਕੁੜੁਕਣੀ ਹਾਂਜੀ, ਲੱਡੂ ਕੁਰਕਣੀ ਹੁੰਦਾ। ਸੋਰੀ ਸੋਰੀ ਭਾਈ, ਇਹ ਮੇਰਾ ਕੌਫੀ ਦਾ ਗਲਾਸ, ਅੱਧਾ ਕਿਲੋ ਦਾ ਕੱਪ ਹੈ। ਤੇ ਬੰਦਾ ਵੀ ਤਾਂ ਦੇਖੋ ਕਿਹੜਾ ਬੈਠਾ ਸਾਹਮਣੇ, ਬੰਦਾ ਵੀ ਤਾਂ ਦੇਖੋ ਯਾਰ, ਮੈਂ ਬੰਦਾ ਛਿੰਦਾ ਦੇਖ ਕੇ ਗੱਲ ਕਰੀ ਰਹੀ ਹੈ। ਅੱਧਾ ਕਿਲੋ ਦਾ ਹੋਵੇ ਭਾਵੇਂ ਕਿਲੋ ਦਾ ਹੋਵੇ, ਗਾਇਸ ਦੀ ਕੌਫੀ ਪੀਓਗੇ ਨਾ ਕੋਲਡ ਹੌਟ, ਤੇ ਇਹ ਛੋਟਾ ਜਿਹਾ ਕੱਪ ਹੁੰਦਾ, ਇਹ ਵੀ ਵੱਡਾ ਕੱਪ ਹੈ, ਇਹ ਲਓ, ਇਹ ਅੱਧਾ ਕਿਲੋ ਦਾ ਕੱਪ, ਇਹ ਭਾਬੀ ਦਾ ਕੱਪ ਹੈ, ਠੀਕ ਹੈ। ਤੇ ਇਹ ਮੇਰਾ ਗਲਾਸ ਹੈ, ਤੁਸੀਂ ਦੇਖ ਸਕਦੇ ਹੋ ਕਿਆ ਬਾਤ ਹੈ। ਅੱਛਾ, ਡਿਫਰੈਂਟ ਮਾਲਪੁਰੇ ਹਲਦੀ ਦਾ ਚਾਰ, ਕਰੇਲਿਆਂ ਦਾ ਚਾਰ, ਤੇਰੀ ਮਾਤਾ।
ਲੱਡੂ ਲੈ ਕੇ ਆਇਆ ਸੀ ਪੀਜ਼ਾ ਤੇ ਫਰਾਈਜ਼, ਪਰ ਲੱਡੂ ਹੋ ਗਿਆ ਗੁੱਸਾ। ਲੱਡੂ ਚੀਚੀ ਖਾ ਲੋ, ਮੰਮਾ ਨਾ ਖਾਣੀ ਹੈ, ਮੰਮਾ ਤੁਹਾਡੇ ਨਾਲ ਖਾਣੀ। Are you ready? So, mummy ko garam hona pehle fries ko dena. Jo marzi khao. Khalo 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 khalo. So guys, laddu ne thode je drama kite ki main nahi khana hai, edda odda jo marzi hoye. Laddu di hun main dadi nu challa chhadan kare, kyunki time ho chuka hai, raat ho lagi 8 baj chuke hai. So, hun main nanwe kare chhad ke aava. Te chaliye apan fir maa ke apna samaan khama, main bhi apne liye kuch leke aaya. So guys, hun apan khaar mi lage, main te babi kyunki bahut zyada bhookh lagdi pai hai. ਲੱਡੂ ਉੱਥੇ ਤੰਗ ਕਰਨ ਲੱਗੇਦਾ ਤੇ ਗੁੜੀ ਉੱਥੇ ਸੁੱਤੀ ਰਹੀ ਹੈ, ਸੋ ਉਹਨੂੰ ਖਾ ਪੀ ਲਈਏ ਫਿਰ ਤੁਹਾਨੂੰ ਮਿਲਦੇ ਹਾਂ। ਸੋ ਗਾਇਜ਼, ਮੈਂ ਤੇ ਮੁਕੇਸ਼ ਭਾਅ ਜੀ ਆਏ ਹਾਂ ਛੋਟੇ ਘਰ ਹੁਣੇ, ਤੇ ਆਪਾਂ ਇੱਥੇ ਧੂਫ ਜਲਾ ਗਏ ਸੀ ਤੇ ਧੂਫ ਦਾ ਕੁਝ ਜ਼ਿਆਦਾ ਹੀ ਧੂਆ ਹੋ ਚੁੱਕਿਆ ਪੂਰੇ ਘਰ 'ਚ, ਤੁਹਾਨੂੰ ਸ਼ਾਇਦ ਲੱਭਦਾ ਨਾ ਪਿਆ ਪਰ ਧੂਆ ਬਹੁਤ ਜ਼ਿਆਦਾ ਹੋ ਗਿਆ। ਸੋ ਹੁਣ ਆਪਾਂ ਚੱਲੇ ਹਾਂ ਵੱਡੇ ਘਰ, ਅਤੇ ਵੱਡੇ ਘਰ ਤੁਹਾਨੂੰ ਜਿੱਦਾਂ ਪਤਾ ਕਿ ਆਪਾਂ ਸ਼ਿਫਟ ਹੋ ਚੁੱਕੇ ਹਾਂ, ਅਤੇ ਮੈਂ ਇੱਥੇ ਆਪਣਾ ਲੈਪਟੋਪ ਅਤੇ ਚਾਰਜਰ ਲੈਣ ਆਇਆ ਸੀ, ਇਹ ਵੀ ਲੈ ਲੈਂਦੇ ਅਤੇ ਲੱਡੂ ਜੀ ਨੂੰ ਸਵਾ ਕੇ ਚਾਰਜਰ ਵੀ ਲੈ ਲਓ। ਆਈਫੋਨ ਦਾ ਚਾਰਜਰ ਭਾਅ ਜੀ ਇੱਕ ਹੀ ਹੈ ਉੱਥੇ ਹੈ, ਇੱਕ ਭਾਅ ਜੀ ਲੈ ਗਏ ਦੇ ਆ। ਸੋ ਹੁਣ ਆਪਾਂ ਚੱਲੀਏ ਦੂਜੇ ਘਰ, ਤੋ ਖਾਣਾ ਪੀਣਾ ਖਾ ਲਿਆ ਸੀ ਅਤੇ ਲੱਡੂ ਜੀ ਨੂੰ ਮੈਂ ਸਵਾਦਾ ਹੁਣ, ਅਤੇ ਸਵਾਉਣ ਤੋਂ ਬਾਅਦ ਉੱਥੇ ਚੱਲੀਏ ਅਤੇ ਮੈਂ ਤੁਹਾਨੂੰ ਉੱਥੇ ਮਿਲਦਾ ਆਰਾਮ ਨਾਲ। ਸੋ ਗਾਇਸ, ਪਹਿਲਾਂ ਤਾਂ ਤੁਹਾਨੂੰ ਸਾਰਾ ਕਹਾਂਗਾ ਗੁੱਡ ਮੋਰਨਿੰਗ, ਬਿਕੋਜ਼ ਇਹ ਹੈਗਾ ਅਗਲਾ ਦਿਨ, ਅਤੇ ਨਾਨੀ ਉਹਨੂੰ ਛੱਡਣ ਤੋਂ ਬਾਅਦ ਮੈਂ ਘਰ ਆ ਕੇ ਸੋ ਗਿਆ ਸੀ। ਸੋ ਇਹ ਅਗਲਾ ਦਿਨ ਹੈ, ਅਤੇ ਐਕਚੁਲੀ ਅੱਜ ਮੈਂ ਉੱਠ ਗਿਆ ਸਵੇਰੇ ਬਹੁਤ ਜਲਦੀ ਜਲਦੀ, ਬਿਕੋਜ਼ ਗੁੜੀਆ ਦਾ ਦੁੱਧ ਲੈਣ ਜਾਣਾ, ਅਤੇ ਰਾਤ ਦਾ ਦੁੱਧ ਖਤਮ ਹੋ ਗਿਆ ਸੀ। ਸੋ ਹੁਣ ਗੁੜੀਆ ਉੱਠ ਗਈ ਅਤੇ ਪੰਗਾ ਪੈ ਜਾਣਾ, ਇਸ ਕਰਕੇ ਮੈਂ ਫਟਾਫਟ ਜਾ ਕੇ ਦੁੱਧ ਲਿਆਵਾਂ। ਅਤੇ ਅੱਜ ਨਾ ਘਰ ਇੱਥੇ ਪਲਾਟ 'ਚ ਨਾ ਮਜ਼ਦੂਰ ਵੀ ਲਗਵਾਉਣੇ ਯਾਰ, ਬਿਕੋਜ਼ ਪਲਾਟ 'ਚ ਨਾ ਬਹੁਤ ਜ਼ਿਆਦਾ ਉਹ ਹੋ ਗਈ ਆ, ਘਾਹ ਖੱਟੀ ਹੋ ਗਈ ਦੀ ਆ ਅਤੇ ਗੰਦਾ ਲੱਗਦਾ ਪਿਆ। ਮੈਂ ਤਾਂ ਟਰਾਈ ਕਰਾਂਗਾ ਕਿ ਅਗਰ ਪਲਾਟ ਸਾਫ਼ ਹੋ ਜਾਵੇ ਉਸ ਤੋਂ ਬਾਅਦ ਆਪਾਂ ਲਾਈਕ ਉਹ ਕਰਾ ਦਈਏ ਨਾ, ਕੀ ਕਹਿੰਦੇ ਉਹਨੂੰ, ਇਹ ਜਿਹੜਾ ਭੁੱਲ ਜਾਂਦਾ ਨਾ ਇਹ ਕੰਮ ਗਲਤ ਹੈ ਯਾਰ। ਵਾਲੀਬਾਲ ਦਾ ਨੈੱਟ ਜਾਂ ਵਾਲੀਬਾਲ ਦਾ ਨੈੱਟ ਵੀ ਲਵਾ ਦਈਏ। ਸੋ ਬਾਕੀ ਅੱਜ ਮੌਸਮ ਬਹੁਤ ਪਿਆਰਾ ਹੋਇਆ ਪਿਆ, ਤੁਸੀਂ ਦੇਖ ਸਕਦੇ ਹੋ। ਸੋ ਮੈਂ ਨਵਾਂ ਵਲੋਗ ਵੀ ਸ਼ੁਰੂ ਕਰਨਾ, ਅਤੇ ਇਹ ਵਲੋਗ ਨੂੰ ਮੈਂ ਇੱਥੇ ਐਂਡ ਕਰਦਾ, ਠੀਕ ਹੈ। ਬਾਕੀ ਹਜੇ ਤਾਂ ਸਿੰਪਲੀ ਵਲੋਗ ਆਉਂਦਾ ਪਿਆ, ਬਿਕੋਜ਼ ਮੈਂ ਕੋਈ ਚੀਜ਼ ਸੋਚਦਾ ਪਿਆ, ਮੈਂ ਉਹ ਸਿੱਖਣੀ ਹੈ ਹੈ ਨਾ। ਅਤੇ ਕੱਲ੍ਹ ਵੀ ਮੈਂ ਕੁਛ ਕੋਸ਼ਿਸ਼ ਕੀਤੀ, ਤੁਹਾਨੂੰ ਮੈਂ ਦੱਸਾਂਗਾ ਵਿਸਤਾਰ 'ਚ। ਬਾਕੀ ਅਗਰ ਤੁਹਾਨੂੰ ਵਲੋਗ ਥੋੜ੍ਹਾ ਵੀ ਵਧੀਆ ਲੱਗਾ ਤਾਂ ਬਸ ਲਾਈਕ ਕਰਨਾ, ਕਮੈਂਟ ਕਰਨਾ ਅਤੇ ਸ਼ੇਅਰ ਕਰਨਾ, ਠੀਕ ਹੈ। ਅਤੇ ਬਾਕੀ ਸਬਸਕ੍ਰਾਈਬ ਤਾਂ ਨਹੀਂ ਕਰਨਾ ਹੀ ਕਰਨਾ। ਸੋ ਹੁਣ ਮੈਂ ਫਟਾਫਟ ਜਾਵਾਂ ਅਤੇ ਗੁੜੀਆ ਦੁੱਧ ਲਿਆਵਾਂ, ਅਤੇ ਮਿਲਦਾ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ। ਧਿਆਨ ਰੱਖੋ ਆਪਣਾ ਆਪਣਾ, ਸੋ ਗੈਟ ਰੈਡੀ, ਮੈਂ ਬਹੁਤ ਹੀ ਜਲਦ ਬਹੁਤ ਹੀ ਵਧੀਆ ਚੀਜ਼ ਲੈ ਕੇ ਆਵਾਂਗਾ। ਬਸ ਮੈਂ ਜੋ ਚੀਜ਼ ਹੈਗੀ ਉਹ ਸਿੱਖ ਲਾਂ, ਫਿਰ ਬਹਿ ਜਾ ਕਰਾ ਦਾਂਗੇ। ਸੋ ਮਿਲਦੇ ਨਵੇਂ ਵਲੋਗ ਦੇ ਵਿੱਚ, ਬਾਏ ਬਾਏ, ਟੇਕ ਕੇਅਰ, ਲਵ ਯੂ ਐਵਰੀਵਨ।